गाइस गुड मॉर्निंग, वेलकम बैक टू माय यूट्यूब चैनल। कि मैं तुसी सारे उम्मीद करते तुसी ठीक होवोगे, सुबह हो गई है, बच्चे हो गए ने स्कूल जान वास्ते रेडी। तुहानू दिखाउणे हैगे बच्चे भी, अज उन्हां दा फंक्शन हैगा 15 अगस्त दा, क्योंकि कल नू छुट्टी हैगी आ। देखो दिखा दे, सुने बन्ने हुए ने। चलो मैं तुहानू दिखाउणा गर्लीन बन्ने ने तां हैगे चलो ठीक है जी, इन्हें भेज दिए स्कूल, उस तो बाद फिर मिल जाए। थैंक यू, भूल गया सी। बच्चे चल गए ने स्कूल, हुण आपां हुणे आगे ड्यूटियां वास्ते रेडी। ਹਾਂਜੀ ਗਾਇਸ, ਫਾਈਨਲੀ ਪਹੁੰਚ ਗਏ ਹੈਗੇ ਘਰੇ ਡਿਊਟੀ ਤੋਂ ਆ ਕੇ। ਹੁਣ ਫਰੈਸ਼ ਹੋ ਕੇ ਆਪਾਂ ਥੋੜ੍ਹਾ ਜਿਹਾ ਰਫ ਟਾਈਮ ਰੋਕਸੀ ਨਾਲ ਸਪੈਂਡ ਕਰਾਂਗੇ। ਬੱਚੇ ਹਲੇ ਟਿਊਸ਼ਨ 'ਤੇ ਨੇਗੇ, ਰੋਕਸੀ ਆਉਣ ਸਾਰ ਖੇਡਣ ਵਾਸਤੇ ਮੇਰੇ ਪਿੱਛੇ ਪਿੱਛੇ ਵੱਧ ਗਿਆ ਜੀ। ਦੇਖੋ ਹਾਂ ਰੋਕਸੀ, ਕੀ ਕਹਿ ਰਹੀ ਹੈ, ਕੀ ਕਹਿ ਰਹੀ ਹੈ, ਕੀ ਕਹਿ ਰਹੀ ਹੈ, ਕਿੱਥੇ ਜਾਂਦੀ ਹੈ, ਕਿੱਥੇ ਜਾਂਦੀ ਹੈ, ਹਾਂ ਠੀਕ ਹੈ ਨਾ, ਹਾਂ ਖੇਡੀ ਤੇਰੇ ਨਾਲ ਹੈ। ਓਏ ਓਏ ਨਹੀਂ 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 ਓ ਨਹੀਂ 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 ਖਾ ਲਈ ਖਾ ਲਈ ਖਾ ਲਈ ਰੋਕਸੀ ਖਾ ਲਈ ਖਾ ਲਈ ਐ ਮਸਤ ਵੀ ਹੈ ਫਿਰ ਜਿੰਨਾ ਖੇਡਣ ਨੂੰ ਕਹਦੇ ਵੀ ਹਾਂ ਮੈਂ ਖੇਡਣਾ ਤੇਰੇ ਨਾਲ, ਐ ਮਸਤ ਜਾਂਦੀ ਹੈ। ਬਸ ਖੇਡ ਲਈ, ਚਲੋ ਠੀਕ ਆ, ਬਾਏ। ਕਿਸੇ ਨੇ ਪਾਣੀ ਨਹੀਂ ਦਿੱਤਾ, ਆਪਾਂ ਆਪਣੇ ਕੰਮ 'ਤੇ ਲੱਗ ਰਹੇ ਨੇ। ਮੈਂ ਪੀ ਲਾਂ ਪਾਣੀ ਫਰਿੱਜ 'ਚੋਂ ਕੱਢ ਕੇ, ਫਰਿੱਜ ਖੋਲੀਆ ਹੁਣ ਦੇਖਦਾ ਵੀ ਇਹਦੇ ਵਿੱਚ ਪਾਣੀ ਹੋਊ ਜਾਂ ਕੋਲਡ ਡਰਿੰਕ। ਕੋਲਡ ਡਰਿੰਕ ਤਾਂ ਮੈਨੂੰ ਦੇਖਦਾ ਨਹੀਂ ਕਿਤੇ। ਪ੍ਰਸ਼ਾਦ ਪਿਆ ਥੋੜ੍ਹਾ ਜਿਹਾ, ਪ੍ਰਸ਼ਾਦ ਖਾ ਲਾਂਗੇ, ਥੋੜ੍ਹਾ ਜਿਹਾ ਤਾਂ ਪ੍ਰਸ਼ਾਦ ਪਿਆ ਹੈਗਾ। ਇਹ ਕਰ ਲਏ ਬਾਹਰ ਪਾਣੀ, ਠੰਡਾ ਪਾਣੀ ਪੀਣਾ ਹੈਗਾ, ਗਰਮ ਬਹੁਤ ਲੱਗ ਰਹੀ ਹੈ। ਚਲੋ ਪਾਣੀ ਪੀ ਕੇ ਉਸ ਤੋਂ ਬਾਅਦ ਪ੍ਰਸ਼ਾਦ ਖਾਂਦੇ ਹਾਂਗੇ। ਪ੍ਰਸ਼ਾਦ ਰੱਖਿਆ ਹੋਇਆ ਸੀਗਾ ਵਿੱਚ ਫਰਿੱਜ 'ਚ, ਪ੍ਰਸ਼ਾਦ ਖਾ ਲਾਂਗੇ ਆਪਾਂ ਖਾਣ ਵਾਸਤੇ। ਪ੍ਰਸ਼ਾਦ ਚਲੋ ਜੀ, ਹੁਣ ਖਾਂਦੇ ਪ੍ਰਸ਼ਾਦ ਬੈਠ ਕੇ। ਮਿਲ ਗਿਆ ਪੈਕਟ, ਕੱਲਾ ਪੈਕਟ ਇਹਨਾਂ ਨੂੰ ਮਿਲਿਆ ਹੀ ਨਹੀਂ ਹੈਗਾ, ਪਿੱਛੇ ਪਿੱਛੇ ਸੀਟ 'ਤੇ ਪਿਆ ਸੀ ਲਿਫਾਫੇ 'ਚ, ਮੂਹਰੇ ਕਿਸੇ ਜਿਹੜਾ ਖਾਧਾ ਹੋਇਆ ਸੀਗਾ ਉਹਦਾ ਖਾ ਕੇ ਤੁਸੀਂ ਕੱਢ ਕੇ, ਹੈ ਨਾ। ਇਹ ਪਿਛਲੇ ਸੀਟ 'ਤੇ ਪਿਆ ਸੀਗਾ, ਇਹ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਪਿੱਛੇ ਸੀਟ 'ਤੇ ਪਿਆ। ਆਹੋ ਕਿਉਂ ਨਹੀਂ ਖਾ ਸਕਦਾ, ਲੈ ਆਵਰੇ ਥੋੜ੍ਹਾ ਥੋੜ੍ਹਾ ਖਾ ਲੈਂਦੇ ਆਪਾਂ, ਉਹਦੇ ਛੱਡ ਦਾਂਗੇ। ਵਧੀਆ, ਤੁਹਾਨੂੰ ਅੱਜ ਮਿਲ ਗਿਆ ਇੱਕ ਪੈਕਟ ਹੋਰ। ਲਓ ਜੀ ਆਪਾਂ ਖਾਣੇ ਕੁਰਕਰੇ ਅੱਜ। ਮੇਰੇ ਕੁਝ ਕੱਲ ਪਾਕੇ ਚ ਪਾ ਲਓ। ਕੀ ਜੇ ਮੇਰੇ ਕਿਉਂ ਨਹੀਂ ਖਾ ਲਓ, ਹਾਂ ਪਾ ਦੋ। ਦੇਖ ਗੱਲਾਂ ਤੇ ਬਣਾਈ ਬੈਠੀ ਹੈਗੀ, ਤਿਰੰਗਾ ਦੋਨੋਂ ਸਾਈਡ ਬਣਾ ਰੱਖਿਆ ਹੈ। ਕਿਹਨੇ ਬਣਾਏ ਸੀ? ਆਸ਼ੂ ਨੇ, ਸਕੂਲ 'ਚ ਹੈ। ਕੱਲ੍ਹ ਨੂੰ 15 ਅਗਸਤ ਹੈਗੀ, ਉਸ ਵਾਸਤੇ ਬਣਾ ਰੱਖਿਆ ਹੋਇਆ ਉਹਨਾਂ ਨੇ। ਗਲੀਨ ਤੋਂ ਮਸਾਂ ਬਚਾ ਕੇ ਰੱਖੇ ਸੀ, ਗਲੀਨ ਚੱਕ ਕੇ ਜਾਂਦੀ ਸੀ ਕਿ ਸਾਰੇ ਇਹ ਉਦੋਂ ਬਚਾ ਕੇ ਰੱਖੇ ਨੇ। ਦੇਖ ਲਾ ਮੈਂ ਤੇਰੇ ਵਾਸਤੇ, ਪਤਾ ਨੂੰ ਟੈਸਟ 'ਚੋਂ ਨੰਬਰ ਪੁੱਛ ਰਿਹਾ ਵੀ ਕਿੰਨੇ ਆਏ ਨੇਗੇ,
ਦੱਸੋ ਫਿਰ ਕਿੰਨੇ ਆਏ ਨੇ ਟੈਸਟ ਚੋਂ ਨੰਬਰ? ਯਾਦ ਕਰ ਰਹੇ ਤੂੰ, ਲਾ ਲੈ ਤੂੰ ਬਹਾਨਾ ਕੋਈ। ਪਹਿਲਾਂ ਕਹਿੰਦਾ ਕੀ ਚੋਂ ਕਿਵੇਂ ਮਿਲੇ ਹੀ ਨਹੀਂ ਟੈਸਟ, ਤਾਂ ਹੈ ਹੀ ਨਹੀਂ ਟੈਸਟ। ਦੱਸ ਹੁਣ ਕਿੰਨੇ ਆਏ ਨੇ? ਟੀਵੀ ਤਾਂ ਦੇਖਣ ਨੂੰ ਤਾਂ ਉਹਦੀ ਮੰਗ ਲਿਆ ਰਿਮੋਟ, ਟੈਸਟ ਤੈਨੂੰ ਪਤਾ ਕਿੰਨੇ ਆਏ ਨੇ? ਦੱਸ ਹੁਣ ਇੱਧਰ ਆ ਕੇ ਦੱਸ ਅੱਗੇ ਆ ਕੇ, ਲੁਕਿਆ ਖੜਾ ਇੱਥੇ। ਜਲਦੀ ਦੱਸ, ਇੰਨਾ ਟਾਈਮ ਨਾ ਲਾ, ਲੈ ਟੈਸਟ ਆਏ ਨੀ ਹੋਣੇ, ਮਾਰਕਸ ਘੱਟ ਹੋਣਗੇ ਤਾਂ ਹੀ ਦਿਖਾਉਂਦਾ। ਜੀਰੋ ਆਇਆ, ਮੈਨੂੰ ਉਹ ਪੜ੍ਹਨਾ ਬਹਿ ਕੇ, ਮੈਨੂੰ ਟੂ ਮਾਰਕਸ ਆਏ ਨੇ। ਟੀਵੀ ਚੋਂ ਕੀ ਨਿਕਲੂਗਾ ਜਿਹੜਾ ਜਿਹੜੇ ਟੈਸਟ ਚ ਨਹੀਂ ਕੀਤਾ ਉਹ ਕਰ ਹੁਣ ਬੈਠ ਕੇ, ਚੱਕ ਚੱਲ ਚੱਲ ਚੱਲ, ਐਂ ਚੱਲੇਗਾ ਤੂੰ? ਨਹੀਂ ਨਹੀਂ ਚੱਲਦਾ, ਟਾਈਮ ਪਾਸ ਕਰਕੇ ਆ ਜਾਂਦਾ ਹੁੰਦਾ ਗਾ। ਟੈਸਟ ਕਰਾ ਲਓ, 04 04, ਚੱਲ ਚੱਕ ਲੈ ਹੁਣ ਆਪਣੇ ਬੁੱਕ। ਕਿੰਨੀ ਸੋਹਣੀ ਪੜ੍ਹਾਈ ਹੋ ਰਹੀ ਹੈਗੀ ਇੱਧਰ ਮੁੰਡੇ ਦੀ, ਆਹ ਕਿਆ ਬਾਤਾਂ ਨੇ, ਕਿਆ ਬਾਤਾਂ ਨੇ। ਬੁੱਕ ਨੀਚੇ ਪਈ ਹੈਗੀ, ਆਹ ਬੈਠੇ ਟਾਵਰ ਨਾਲ ਦੇਖੀ ਜਾਂਦਾ ਦਲ ਕੰਧਾਂ ਕੋਲੇ, ਕਿ ਨਹੀਂ ਨੂੰ ਕਿੰਨਾ ਸੋਹਣਾ ਪੜ੍ਹ ਰਿਹਾ ਆਪਾਂ ਤੇ। ਇੰਨੀ ਸੋਹਣੀ ਪੜ੍ਹਾਈ ਕਰ ਰਹੇ ਹੋਗੇ, ਚੰਗੀ ਤਰ੍ਹਾਂ ਪੜ੍ਹ ਲਾ ਪੁੱਤ। ਜਿਹੜਾ ਟੈਸਟ ਤੇ ਨਹੀਂ ਤੈਨੂੰ ਆਇਆ ਉਹ ਚੱਕ ਕੇ ਕਰ ਲਾ ਕੰਮ। ਉਹ ਮੁੰਡੇ ਟੈਸਟ ਕਿੱਥੇ ਆ? ਹਾਂ ਕੀ ਹੁੰਦਾ ਨਾਲੇ ਦੱਸੋ ਪਹਿਲਾਂ, ਫਿਰ ਬੋਲੀਨ ਕੀ ਹੋ ਗਿਆ ਹੁਣ ਆਪਣੀ ਨੂੰ? ਸੇਮ ਥੋੜ੍ਹੀ ਹੁੰਦਾ, ਹਾਂਜੀ ਹੁੰਦਾ ਰਿਸਪੈਕਟ ਨਾਲ, ਹਾਂ ਹੁੰਦਾ ਗਾ ਬਿਨਾਂ ਰਿਸਪੈਕਟ ਤੋਂ। ਚਲੋ ਟੈਸਟ ਦਿਓ ਪਹਿਲਾਂ ਮੈਨੂੰ, ਦਿਖਾਇਆ ਕਿਆ ਟੈਸਟ ਰੋਜ਼ ਘਰੇ ਆ ਕੇ, ਜੇ ਵੱਧ ਆਏ ਹੁਣ ਜੇ ਘੱਟ ਆਏ ਹੁਣ, ਫਿਰ ਜਿਹੜੇ ਨਹੀਂ ਆਉਂਦਾ ਹੋਊਗਾ ਉਹ ਬੰਦਾ ਦੇਖੂਗਾ ਤਾਂ ਸਹੀ ਵੀ ਕੀ ਨਹੀਂ ਆਉਂਦਾ ਤੈਨੂੰ। ਹੈਂ ਗੁਰਫਤਿਹ ਸਿੰਘ, 2 marks over 10, 2 marks ਆਏ ਨੇ ਸਿਰਫ, ਦੇਖ ਲਓ ਗਾਇਸ 10 ਦੇ ਵਿੱਚੋਂ 2 marks, ਇੰਨਾ ਵੀਕ ਆ ਪੜ੍ਹਾਈ ਦੇ ਵਿੱਚ ਇਹ। ਹੁਣ ਜਿਹੜੇ ਜਿਹੜੇ ਹੱਥ ਦੇਖਾ ਸਾਰੇ ਤਾਂ ਕਰੋਸ ਲੱਗੇ ਪਏ ਨੇਗੇ, ਸਿਰਫ ਆ ਨਹੀਂ ਨੇਗੇ 2 marks ਪਹਿਲੇ ਪਹਿਲਿਆਂ ਚੋਂ। ਚਲੋ ਹੁਣ ਗਾਇਸ ਆਪਾਂ ਫਤਿਹ ਨੂੰ ਪੜ੍ਹਾ ਦਈਏ, ਜਿਹੜਾ ਨਹੀਂ ਆਉਂਦਾ ਉਹ ਇਹਨੂੰ ਕਰਵਾਉਣਾ ਕੰਮ। ਹਾਲੇ ਗੱਲੀਨ ਗੁਰਦੁਆਰਾ ਸਾਹਿਬ ਗਈ ਹੋਈ ਹੈਗੀ, ਉਸ ਤੋਂ ਬਾਅਦ ਦੇ ਵਿੱਚ ਅਸੀਂ ਜਾਵਾਂਗੇ ਦੁੱਧ ਲੈਣ ਵਾਸਤੇ। ਫਤਿਹ ਦੇ ਲਾਇਆ 1/2 ਘੰਟਾ, ਅਤੇ ਫਿਰ ਹੁਣ ਗਾਵਾ ਖਾਣ ਬੈਠੇ ਸੀਗੇ, ਗਾਵਾ ਖਾਂਦੇ ਹਾਂ ਅਤੇ ਉਸ ਤੋਂ ਬਾਅਦ ਜਾਂਦੇ ਹੈਗੇ ਦੁੱਧ ਲੈਣ ਵਾਸਤੇ। ਹਾਂਜੀ ਗਾਇਸ, ਦੇਖੋ ਗੱਲੀਨ ਨੇ ਕੀ ਬਣਾਇਆ ਹੈਗਾ, ਦਿਖਾ ਗੱਲੀਨ ਕੀ ਬਣਾਇਆ ਤੁਸੀਂ? ਡੋਲ, ਛੋਟੀ ਜੀ, ਛੋਟੀ ਜੀ ਡੋਲ ਬਣਾਈ ਹੈਗੀ, ਸੋਹਣੀ ਬਣਾਈ ਹੈ ਨਾ। ਆਈਸ ਨਹੀਂ ਲਾਏ ਦੇ ਗੱਲੀਨ? ਹਾਂ ਆਈਸ ਲਾ ਦੀ, ਇਹਦੇ ਸੋਹਣਾ ਬਣਾਇਆ ਹੈ ਨਾ। ਗਾਇਸ ਦੱਸਿਓ ਤੁਸੀਂ ਵੀ, ਸੋਹਣਾ ਬਣਾਇਆ ਹੈਗਾ ਗੱਲੀਨ ਨੇ? ਦੇਖੋ ਥੋੜ੍ਹੀ ਥੋੜ੍ਹੀ ਸਲੋ ਵਾਈਟ ਵਰਗੀ ਆ, ਦਿਖਾਓ ਬਸ ਥੋੜੇ ਫਰਕ ਰਹਿ ਜੇ। ਹਾਂ ਨਾ ਸੋਹਣਾ ਬਣਾਇਆ, ਹੱਥ 'ਚ ਜੀ ਫੜਾਇਆ ਹੋਇਆ, ਹਾਂ ਬਾਸਕਿਟ 'ਚ ਐਪਲ ਦੀ, ਬਾਸਕਿਟ 'ਚ ਐਪਲ ਵੀ ਪਾਏ ਹੋਏ ਨੇ, ਦੇਖੋ ਐਪਲ ਨੇ ਬਾਸਕਿਟ 'ਚ, ਨਾਲੇ ਆਈਸ ਰਹਿੰਦੀਆਂ ਨੇ ਇਹਦੀਆਂ। ਕਲੇ ਨਾਲ ਬਣਾਈ ਹੋਈ, ਕਲੇ ਨਾਲ, ਹਾਂ ਕਲੇ ਨਾਲ ਬਣਾਈ, ਸੋਹਣੀ ਹੈਗੀ ਬਹੁਤ ਸੋਹਣੀ ਆ, ਦੇਖੋ ਲਓ ਜੀ ਬਹੁਤ ਸੋਹਣੀ ਆ। ਰਾਤ ਦੇ ਵੱਜ ਗਏ ਨੇ 9 ਅਤੇ ਬੱਚੇ ਸੌਂ ਗਏ ਨੇਗੇ ਦੁੱਧ ਪੀਣ ਤੋਂ ਬਾਅਦ। ਅਤੇ ਦੋਸਤੋ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ, ਅਤੇ ਜਿਹਨੇ ਸਾਡਾ ਅੱਜ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਕਰ ਲਓ ਜਲਦੀ ਤੋਂ ਜਲਦੀ ਸਬਸਕ੍ਰਾਈਬ। ਅਤੇ ਦੋਸਤੋ ਕੱਲ੍ਹ ਨੂੰ ਤੁਹਾਨੂੰ ਮਿਲਾਂਗੇ ਹੁਣ ਅਸੀਂ ਨਵੇਂ ਬਲੌਗ ਦੇ ਵਿੱਚ, ਤਦ ਤੱਕ ਵਾਸਤੇ ਗੁੱਡ ਨਾਈਟ, ਬਾਏ ਬਾਏ।